ਅਚਾਨਕ ਸੜਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ ਹੋਈ ਹੈ, ਜਿਸ ਤੋਂ ਬਾਅਦ ਇੱਕ ਬਾਈਕ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਸਰਾ ਜ਼ਖਮੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਹੀ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸੇ ਦੌਰਾਨ ਦੋਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਹੋਈ ਕਿ ਇੱਕ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਥਾਂ ਹੀ ਮੌਤ ਹੋ ਗਈ, ਜਦਕਿ ਦੂਜਾ ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ, ਫਿਲਹਾਲ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਹਾਦਸਾ ਗੁਰਦਾਸਪੁਰ ਦੇ ਬੱਬੇ ਹਾਲੀ ਅੱਡੇ ਦੇ ਨੇੜੇ ਵਾਪਰਿਆ, ਜਿੱਥੇ ਇੱਕ ਰੋਡ ਰੋਲਰ ਨੂੰ ਇਹ ਦੋਵੇਂ ਮੋਟਰਸਾਈਕਲ ਚਾਲਕ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਹੀ ਦੋਨੋਂ ਬਾਈਕ ਚਾਲਕਾਂ ਦੀ ਆਪਸ ਦੇ ਵਿੱਚ ਹੀ ਟੱਕਰ ਹੋ ਗਈ ਤੇ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਦੇ ਵਜੋਂ ਹੋਈ ਹੈ, ਜੋ ਕਿ 25 ਸਾਲ ਦਾ ਸੀ ਅਤੇ ਤਿੱਬੜ ਪਿੰਡ ਦੇ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ ਪੋਸਟਮਾਰਟਮ ਦੇ ਲਈ, ਅਤੇ ਫਿਰ ਬਾਈਕ ਇੱਕ ਸਾਈਡ ਤੇ ਕਰਕੇ ਸੜਕ ਦੀ ਆਵਾਜਾਈ ਬਹਾਲ ਕੀਤੀ ਗਈ, ਜਿੱਥੇ ਲੰਬਾ ਜਾਮ ਲੱਗ ਗਿਆ ਸੀ। ਹਾਲਾਂਕਿ ਇੱਥੇ ਚਸ਼ਮਦੀਦਾਂ ਨੇ ਜੋ ਦੱਸਿਆ, ਇਹੀ ਕਿਹਾ ਜਾ ਰਿਹਾ ਹੈ ਕਿ ਇਹ ਦੋਨੋਂ ਮੋਟਰਸਾਈਕਲ ਚਾਲਕ ਇੱਕ ਰੋਡ ਰੋਲਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਧਰ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਹਾਦਸਾ ਵਾਪਰਿਆ ਕੀਤਾ ਹੈ। ਉਧਰ ਮ੍ਰਿਤਕ ਦੇ ਘਰ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ, ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਕਬਜ਼ੇ 'ਚ ਲਈ ਗਈ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਸੁਰੱਖਿਆ ਫੋਰਸ ਤੇ ਲੱਗੇ ਤਨਾਅ ਆ, ਅਨੁਭਵ ਟੈਲੀਫੋਨ ਗਏ ਬੱਬੇ ਗਏ, ਉੱਥੇ ਐਕਸੀਡੈਂਟ ਹੋਇਆ, ਮੌਕੇ ਤੇ ਪਹੁੰਚ ਕੇ ਦੇਖਿਆ ਤੇ ਇੱਕ ਬੰਦੇ ਦੀ ਜਿਹੜੀ ਆ ਡੈਥ ਹੋਈ ਆ। ਇਹਦੇ ਬਾਰੇ ਇਨਫੋਰਮੇਸ਼ਨ ਕੰਟਰੋਲ ਰੂਮ ਦੇ ਥਾਣੇ ਤੇ ਬੜਨ ਦੇ ਦਿੱਤੀ ਆ, ਹੁਣ ਆਉਣ ਤੇ ਕਾਰਵਾਈ ਹੋਣ ਤੇ ਬਸ ਸੇਵਾ ਖੜਿਆ ਜਾਵੇ ਇਹਨੂੰ। ਐਕਸੀਡੈਂਟ ਦੱਸਣ ਤੋਂ ਬਾਅਦ ਦੱਸਣ ਬਾਅਦ ਮੋਟਰਸਾਈਕਲ ਵੱਜਿਆ ਜਾ ਕੇ ਆਈਆਂ, ਮੌਕੇ ਤੇ ਪਤਾ ਨਹੀਂ ਲੱਗਾ ਪੱਕਾ ਕੀ ਹੋਇਆ ਕੀ ਨਹੀਂ। ਇਸ ਬਾਰੇ ਵੈਰੀਫਾਈ ਕੀਤਾ ਜਾਊਗਾ, ਜੋ ਵੀ ਹੋਊਗਾ ਵਿਚਾਰ ਪਈ ਹੋਊਗਾ। ਮੁੰਡਾ ਹੈਗਾ ਜੀ ਤਿੱਬੜ ਦਾ ਮੁੰਡਾ ਜੀ, ਨਾ ਇਹਦਾ ਗਾ ਟੂਟਾ ਰਾਮ ਦਾ ਮੁੰਡਾ ਜੀ ਵਿਕਰਮ। ਮੋਟਰਸਾਈਕਲ ਪਤਾ ਨੀ ਕਹਿਣ ਡੇ, ਮੋਟਰਸਾਈਕਲ ਵੱਜਿਆ ਜਿਹਦੇ ਬਾਰੇ ਪੱਕਾ ਕਿਹਾ ਨੀ ਜਾ ਸਕਦਾ ਜੀ।